ਪ੍ਰੋ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਕਰਨ ਹੰਡਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਜਲੰਧਰ ਦੇ ਵਿੱਚ ਆਪਰੇਸ਼ਨ ਜਾਰੀ ਹੈ ਜਿੱਥੇ ਲਗਾਤਾਰ ਪੁਲਿਸ ਐਕਸ਼ਨ ਕਰਦੀ ਹੋਈ ਨਜ਼ਰ ਆਈ 6 ਗੈਂਗਸਟਰ 6 ਖਤਰਨਾਕ ਗੈਂਗਸਟਰ ਜਿਨ੍ਹਾਂ ਦੇ ਕੋਲ ਮਾਡਰਨ ਹਥਿਆਰ ਆਧੁਨਿਕ ਹਥਿਆਰ ਵੀ ਸੀ ਉਹ ਕਮਾਂਡ ਦੇ ਵਿੱਚ ਲੁਕ ਗਏ ਤਾ ਲਗਾਤਾਰ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਸੀ ਜਿੱਥੇ 5 ਜਣੇ ਗ੍ਰਿਫਤਾਰ ਕਰ ਲਏ ਗਏ ਨੇ 5 ਖਤਰਨਾਕ ਗੈਂਗਸਟਰ ਹਿਰਾਸਤ ਦੇ ਵਿੱਚ ਲੈ ਲਏ ਗਏ ਨੇ ਪਰ ਇੱਕ ਗੈਂਗਸਟਰ ਦੀ ਹਲੇ ਵੀ ਭਾਲ جاری ਹੈ ਤੇ ਉਸ ਗੈਂਗਸਟਰ ਨੂੰ ਫੜਨ ਵਾਸਤੇ ਹੁਣ ਖੋਜੀ ਕੁੱਤਿਆਂ ਦਾ ਸਹਾਰਾ ਵੀ ਲਿਆ ਜਾ ਰਿਹਾ ਮੌਕੇ ਤੇ ਪੁਲਿਸ ਦੀਆਂ ਟੀਮਾਂ ਵੱਲੋਂ ਖੋਜੀ ਕੁੱਤਿਆਂ ਦੀ ਸਹਾਇਤਾ ਵੀ ਲਈ ਜਾ ਰਹੀ ਹੈ ਉਹਨਾਂ ਨੂੰ ਕਮਾਂਡ ਦੇ ਵਿੱਚ ਦਾਖਲ ਕਰਕੇ ਜਿਹੜਾ ਇੱਕ ਗੈਂਗਸਟਰ ਹਲੇ ਵੀ ਪੁਲਿਸ ਦੀ ਫੜ ਤੋਂ ਬਾਹਰ ਹੈ ਉਸ ਨੂੰ ਉਸ ਤਾਂ ਹੀ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਇਸ ਤੋਂ ਪਹਿਲਾਂ ਡਰੋਨ ਦੀ ਸਹਾਇਤਾ ਲਈ ਗਈ ਡਰੋਨ ਦੀ ਸਹਾਇਤਾ ਦੇ ਨਾਲ ਨਾਲ ਹਥਿਆਰਬੰਦ ਪੁਲਿਸ ਕਰਮੀ ਚਾਰੇ ਪਾਸਿਓਂ ਘੇਰਾਓ ਕਰਦੇ ਨੇ ਕਮਾਂਡ ਦਾ ਜਿਸ ਕਮਾਂਡ ਦੇ ਵਿੱਚ 6 ਖਤਰਨਾਕ ਗੈਂਗਸਟਰ ਲੁਕੇ ਸੀ ਜਦੋਂ ਕਿ ਪੰਜ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉੱਥੇ ਹੀ ਇੱਕ ਗੈਂਗਸਟਰ ਹਾਲੇ ਤੱਕ ਪੁਲਿਸ ਦੀ ਫੜ ਤੋਂ ਬਾਹਰ ਹੈ ਜਿਸ ਦੀ ਤਲਾਸ਼ ਦੇ ਲਈ ਖੋਜੀ ਕੁੱਤੇ ਜੋ ਕਿ ਟ੍ਰੇਨਡ ਹੁੰਦੇ ਨੇ ਉਹਨਾਂ ਦਾ ਉਹਨਾਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ ਉਹਨਾਂ ਰਾਹੀਂ ਗੈਂਗਸਟਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਤੋਂ ਵੱਡੀ ਸਮੱਸਿਆ ਕਮਾਂਡ ਦੇ ਵਿੱਚ ਲੁਕੇ ਹੋਣ ਕਰਕੇ ਆਈ ਜੋ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਪੁਲਿਸ ਪੈੜ ਕੱਢ ਚੁੱਕੀ ਸੀ ਸੂ ਸੀ ਪੁਲਿਸ ਕੋਲੇ ਇਹਨਾਂ ਗੈਂਗਸਟਰਾਂ ਦੀ ਪਰ ਜਦੋਂ ਤੜਕੇ ਹੀ ਉਹਨਾਂ ਦੀ ਗ੍ਰਿਫਤਾਰੀ ਕਰਨ ਪੁੱਜੀ ਪੁਲਿਸ ਤਾਂ ਗੈਂਗਸਟਰਾਂ ਨੂੰ ਭਣਕ ਲੱਗ ਜਾਂਦੀ ਹੈ ਉਹ ਪਹਿਲਾਂ ਹੀ ਕੋਠੀ ਚੋਂ ਨਿਕਲ ਕੇ ਕਮਾਂਦ ਦੇ ਵਿੱਚ ਜਾ ਲੁਕਦੇ ਨੇ ਕਮਾਂਦ ਦੇ ਵਿੱਚ ਉਹਨਾਂ ਦੀ ਨਿਗਰਾਨੀ ਕਰਨਾ ਹੋਰ ਵੀ ਔਖਾ ਹੋ ਗਿਆ ਕਿਉਂਕਿ ਕਮਾਂਦ ਦੇ ਵਿੱਚ ਜੋ ਕਿ ਓਲਾ ਸੀ ਕੱਦ ਸੀ ਕਮਾਂਦ ਦਾ ਲਗਭਗ 6 ਤੋਂ 7 ਫੁੱਟ ਦਾ ਜਿਸ ਦੇ ਵਿੱਚ ਕੋਈ ਵੀ ਸ਼ਖਸ ਲੁਕ ਸਕਦਾ ਸੀ ਜਿਸ ਤਾਈਂ ਕਿਸੇ ਦੀ ਵੀ ਨਿਗਰਾਨੀ ਰੱਖਣਾ ਕਿਸੇ ਵੱਲੋਂ ਵੀ ਔਖਾ ਹੋ ਜਾਣਾ ਸੀ ਤਾਂ ਪਹਿਲਾ ਡਰੋਨ ਦੇ ਰਾਹੀਂ ਇੱਕ ਉਚਾਈ ਤੋਂ ਦ੍ਰਿਸ਼ ਆ ਜਿਹੜੇ ਕੀ ਆ ਉਹ ਦੇਖੇ ਗਏ ਇੱਕ ਉਚਾਈ ਤੋਂ ਨਜ਼ਰ ਰੱਖੀ ਗਈ ਨਿਗਰਾਨੀ ਰੱਖੀ ਗਈ ਤਾਂ ਜੋ ਗੈਂਗਸਟਰ ਕਿਸੇ ਵੀ ਤਰੀਕੇ ਆ ਕੋਈ ਵੀ ਗੈਂਗਸਟਰ ਕਮਾਦ ਚੋਂ ਬਾਹਰ ਨਾ ਜਾ ਸਕੇ ਤਾਂ ਲਗਾਤਾਰ ਤੜਕੇ ਤੋਂ ਆਪਰੇਸ਼ਨ ਜਾਰੀ ਰਿਹਾ ਪੁਲਿਸ ਐਕਸ਼ਨ ਜਾਰੀ ਰਿਹਾ ਜਿਸ ਦੇ ਵਿੱਚ ਬਾਅਦ ਚੋਂ ਤਸਵੀਰ ਸਾਹਮਣੇ ਆਉਂਦੀ ਹੈ ਕਿ ਸਫਲਤਾ ਹਾਸਲ ਹੁੰਦੀ ਹੈ ਪੁਲਿਸ ਵੱਲੋਂ ਪੰਜ ਗੈਂਗਸਟਰ ਹਿਰਾਸਤ ਦੇ ਵਿੱਚ ਲਏ ਗਏ ਤੇ ਹਾਲੇ ਵੀ ਇੱਕ ਗੈਂਗਸਟਰ ਇੱਕ ਸ਼ੱਕੀ ਦੀ ਤਲਾਸ਼ ਜਾਰੀ ਹੈ ਭਾਲ ਜਾਰੀ ਹੈ ਤਾਂ ਡਰੋਨ ਤੋਂ ਬਾਅਦ ਹੁਣ ਸਹਾਇਤਾ ਲਈ ਗਈ ਹੈ ਕੁੱਤਿਆਂ ਦੀ ਖੋਜੀ ਕੁੱਤਿਆਂ ਦੀ ਟ੍ਰੇਨਡ ਡੌਗਸ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਗੈਂਗਸਟਰ ਦੀ ਜੋ ਹਾਲੇ ਤੱਕ ਪੁਲਿਸ ਦੀ ਫੜ ਤੋਂ ਬਾਹਰ ਹੈ ਉਸ ਤਾਈਂ ਪਹੁੰਚ ਕੀਤੀ ਜਾ ਸਕੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਜ਼ੀਆਂ ਤਸਵੀਰਾਂ ਨੇ ਜਲੰਧਰ ਤੋਂ ਅੱਜ ਜਿੱਥੇ ਇਹ ਸਾਰਾ ਪੁਲਿਸ ਆਪਰੇਸ਼ਨ ਅੱਜ ਤੜਕੇ ਤੋਂ ਹੀ ਜਾਰੀ ਆ ਤਾਂ ਪੂਰਾ ਦਿਨ ਬੀਤਣ ਤੋਂ ਬਾਅਦ ਵੀ ਕਈ ਘੰਟੇ ਲਗਾਤਾਰ ਆਪਰੇਸ਼ਨ ਜਾਰੀ ਹੋਣ ਤੋਂ ਬਾਅਦ ਪੰਜ ਜਣੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਦੇ ਕੋਲੋਂ ਮਾਡਰਨ ਵੈਪਨ ਆਧੁਨਿਕ ਹਥਿਆਰ ਵੀ ਬਰਾਮਦ ਹੋਏ ਦਾ ਇੱਕ ਵੱਡੀ ਸਫਲਤਾ ਜ਼ਰੂਰ ਮੰਨਿਆ ਜਾ ਸਕਦਾ ਪਰ ਬਹੁਤਾ ਕੁਝ ਬਹੁਤੀ ਜਾਣਕਾਰੀ ਹਾਲੇ ਤੱਕ ਪੁਲਿਸ ਵੱਲੋਂ ਸਾਂਝੀ ਨਹੀਂ ਕੀਤੀ ਗਈ ਕਿ ਕੌਣ ਨੇ ਇਹ ਗੈਂਗਸਟਰ ਜੋ ਇਹਨਾਂ ਦੇ ਕੋਲ ਹਥਿਆਰ ਸੀ ਉਹ ਕਿੱਥੋਂ ਆਏ ਜਾਂ ਕਿਹੜੇ-ਕਿਹੜੇ ਮਸਲੇ ਦੇ ਵਿੱਚ ਕਿਹੜੇ-ਕਿਹੜੇ ਕੇਸ ਦੇ ਵਿੱਚ ਇਹਨਾਂ ਗੈਂਗਸਟਰਾਂ ਦਾ ਨਾਂ ਬੋਲਦਾ ਹੈ ਕ੍ਰਾਈਮ ਦੀ ਦੁਨੀਆ ਦੇ ਵਿੱਚ ਕਦੋਂ ਤੋਂ ਜੁੜੇ ਹੋਏ ਨੇ ਇਹ ਸਭ ਕੁਝ ਜਲਦ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਰਾਹੀਂ ਸਾਂਝਾ ਕੀਤਾ ਜਾ ਸਕਦਾ ਪਰ ਫਿਲਹਾਲ ਦੀ ਤਸਵੀਰ ਖੋਜੀ ਕੁੱਤਿਆਂ ਦੇ ਨਾਲ ਹਲੇ ਵੀ ਜਿਹੜਾ ਗੈਂਗਸਟਰ ਪਗੋੜਾ ਹੈ ਉਸ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ Pro Punjab TV ਦਾ ਮੋਬਾਈਲ ਐਪ